ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰੇ ਸਾਰੇ ਵੀਰਾਂ ਦੇ? ਬਾਈ ਹੁਣੀ ਵੀ ਆ ਗਏ ਸੀਗੇ, ਬਾਈ ਹੁਣਾਂ ਨੇ ਕੱਢ ਲਈ ਆਪਦੀ ਮਸ਼ੀਨ ਅਤੇ ਇਹਦੇ ਔਗਰ ਦੇ ਨਾ ਘਸ ਗਿਆ ਸੀਗਾ, ਆ ਬਲ ਲਾਇਆ ਵਾ ਅਤੇ ਬਾਕੀ ਤਾਂ ਸਾਰੀ ਓਕੇ ਹੋਈ ਹੋਈ ਆ, ਇਕੱਲਾ ਬਲ ਲਾਉਣ ਵਾਲਾ ਰਹਿੰਦਾ ਸੀਗਾ, ਉਹ ਬਲ ਲਾਤਾ ਬਾਈ ਹੁਣਾਂ ਨੇ ਅਤੇ ਇੱਧਰ ਰਾਣੀ ਸੁੰਦਰਾ ਜੀ ਖੋਲ੍ਹੇ ਹੋਏ ਆ। ਜੋ ਕੁਛ ਹੋਣ ਵਾਲਾ ਇਹਦਾ ਅੱਜ ਕਰਾਂਗੇ, ਫੀਡਰ ਚੈਨ ਪੈਣੀ ਆ ਨਵੀਂ, ਹੋਰ ਵੀ ਕਾਫੀ ਕੁਛ ਹੋਣਾ ਵਾ, ਜੋ ਜੋ ਕੁਛ ਹੋਣਾ ਕਾਫੀ ਖਰਚਾ ਆ ਜਾਣਾ ਇਹਦੇ 'ਤੇ ਵੀ। ਦੱਸੋ ਤੁਹਾਨੂੰ ਕਿੰਨੇ ਦਾ ਬਿੱਲ ਬਣ ਗਿਆ। ਐਤਕੀ ਸੀਜ਼ਨ ਦੇ ਵਿੱਚ ਇਹਦਾ ਇੱਕ ਸਟਾਫ ਵਰਕ ਟੁੱਟ ਗਿਆ ਸੀਗਾ, ਅਤੇ ਬਾਕੀ ਸਫਾਈ ਕਰਤੀ ਆਪਾਂ ਸਾਰੀ ਅੰਦਰ ਬਾਹਰ ਦੀ ਪੂਰੀ, ਝਾੜੂ ਝੂੜੂ ਲਾਤਾ, ਸਮਾਨ ਚੱਕਤਾ ਸਾਰਾ ਅੰਦਰੋਂ ਹੈ ਨਾ, ਅਤੇ ਜਿਹੜਾ ਸਮਾਨ ਲੋੜ ਆ ਉਹ ਮੂਹਰੇ ਕੱਢ ਲਿਆ, ਜਿਹੜਾ ਸਮਾਨ ਪਤਾ ਵੀ ਹੁਣ ਗਾਹਾਂ ਵਾਲੇ ਸਾਲ ਨੂੰ ਵਰਤ ਹੋਣਾ ਉਹ ਸਮਾਨ ਪਿੱਛੇ ਕਰਤਾ ਸਾਰਾ ਕੁਛ। ਇਹ ਆਪਣਾ ਆਲੂ ਛਾਂਟ ਕੇ ਢੱਕ ਕੇ ਰੱਖਿਆ ਹੋਇਆ, ਇਹ ਅਜੇ ਦਵਾਂਗੇ ਠਹਿਰ ਕੇ ਵੇਚਾਂਗੇ ਇਹਨੂੰ। ਅਤੇ ਆ ਕਟਰ ਵੀ ਮੱਕੀ ਵਾਲਾ ਮੂਹਰੇ ਕੱਢ ਲਿਆ, ਅਤੇ ਉਹ ਮਸ਼ੀਨਾਂ ਛਾਂਟੀ ਵਾਲੀਆਂ ਮਗਰ ਖੜਾਤੀਆਂ ਸਾਰੀ, ਆ ਸੱਚ ਆਲੂ ਬੀਜ ਪੱਟਣ ਵਾਲੀਆਂ ਸਾਰੀਆਂ ਮਸ਼ੀਨਾਂ ਸਟਿੱਪਣੀਆਂ ਮਗਰ ਕਰਤੀਆਂ ਸਾਰੀ, ਬੀਜਣ ਵਾਲੀ ਮੂਹਰੇ ਰੱਖ ਲਈ ਵੀ ਹੁਣ ਪਤਾ ਕਿਹੜਾ ਲੋੜ ਆ ਹੈ ਨਾ। ਅਤੇ ਆਹ ਕਟਰ ਮੂਹਰੇ ਕੱਢ ਲਿਆ, ਲੇਜ਼ਰ ਗਰਾਫ ਦੀ ਲੋੜ ਆ ਇਹ ਮੂਹਰੇ ਰੱਖ ਲਿਆ, ਬਾਕੀ ਹੁਣ ਅੱਜ ਮਸ਼ੀਨ ਧੋਣ ਲੱਗੇ ਹਾਂ ਛਾਂਟੀ ਵਾਲੀ, ਉਹ ਵੀ ਧੋ ਕੇ ਸਮਾਰ ਕੇ ਉਹਨੂੰ ਢੱਕ ਦੇਣਾ ਫਿਰ। ਚਲੋ ਫਿਰ ਉਹ ਤੋਂ ਬਾਅਦ ਹੁਣ ਆਉਂਦਾ ਟਰੈਕਟਰਾਂ ਦਾ ਨੰਬਰ, ਟਰੈਕਟਰ ਟਰਾਲੀਆਂ ਧੋਣੀਆਂ ਨੇ, ਅਤੇ ਫਿਰ ਦੇਖਦੇ ਹਾਂ ਉਦੋਂ ਬਾਅਦ ਕੀ ਹੁੰਦਾ। ਆਹ ਖੜਾ ਝੋਟਾ 90 ਪਾਵਰ ਵਾਲਾ, ਲਓ ਜੀ ਮਾਲ ਹੋਇਆ ਹੈ ਸਾਰਾ ਲੋਡ, ਇੱਕ ਰਹਿ ਗਿਆ ਥੱਲੇ ਟਰਾਲੀ ਦਾ। ਲਓ ਜੀ ਤੇਲ ਪਾ ਲਿਆ ਟਰੈਕਟਰ 'ਚ, ਤੇਲ ਸੀਗਾ ਇਹ 'ਚ ਘੱਟ, ਡੀਜ਼ਲ ਪਾਤਾ, ਇਹਦੇ ਵੀ ਟਾਇਰ ਬਹੁਤ ਉੱਡ ਗਏ 56-30 ਦੇ, ਇੱਦੂ ਵੀ ਜ਼ਿਆਦਾ ਉੱਡ ਗਏ ਕਿਉਂਕਿ 56-30 ਬਾਹਲਾ ਚਲਾਤਾ ਟਰਾਲੀ 'ਤੇ, ਕਿਉਂਕਿ ਆਹ ਵੱਡੀ ਟਰਾਲੀ 'ਤੇ ਨਾ 56-30 ਬਾਹਲਾ ਵਧੀਆ ਚੱਲਦਾ ਵਾ, ਅਤੇ ਮੱਕੀ ਦੀ ਭਰੀਆਂ ਹੋਈਆਂ ਨੂੰ ਤਾਂ ਇਹੀ ਲਾਉਂਦਾ ਵਾ ਕਿ 56-30 ਲੰਬਾ ਕਰਕੇ ਨਾ ਮੂਹਰੋਂ, ਅਤੇ ਉਹਦੀ ਹੁੱਕ ਦੂਜੇ ਲੋਟ ਵਿੱਚ ਨੂੰ ਕਰਕੇ ਉਹ ਸਾਰਾ ਨਾ ਐਂ ਉੱਪਰੋਂ ਉਹ ਚੱਕ ਥੱਲੇ ਜੀ ਨਹੀਂ ਕਰਦਾ ਐਂ, ਅਤੇ ਉਹ ਬਾਹਲਾ ਸੈੱਟ ਚੱਲਦਾ 56-30, ਅਤੇ ਇਹ ਨਹੀਂ ਉਨਾ ਵਧੀਆ ਜਿੰਨਾ ਵਧੀਆ 56-30 ਬਹੁਤ ਵਧੀਆ ਚੱਲਦਾ ਟਰਾਲੀ, ਅਤੇ 56-30 ਹੁਣ 22 ਨੂੰ ਚੱਲਦਾ ਸੀਗਾ, ਹੁਣ ਕੱਲ੍ਹ ਨੂੰ ਜੋੜਾਂਗੇ, ਅੱਜ ਹੁਣ ਆਹ ਟਰਾਲੀਆਂ ਚੱਲੀਆਂ, ਆਹ ਕੱਲ੍ਹ ਨੂੰ ਸਵੇਰੇ ਤੜਕੇ ਲੈ ਕੇ ਜਾਵਾਂਗੇ।
ਤੇ ਇੱਕ ਟਰਾਲੀ ਦਾ ਦਮਾਲ ਆ ਥੱਲੇ, ਬਸ ਉਹ ਟਰਾਲੀ ਸਟੋਰ 'ਚ ਖੜੀ ਆ 22 ਫੁੱਟ, ਉਹ ਖਾਲੀ ਹੋ ਕੇ ਆਉਂਦੀ ਹੈ ਤਾਂ ਫਿਰ ਉਹ 'ਚ ਭਰ ਦਿਓ। ਅਤੇ ਹਾਂ ਟਰਾਲੀ ਮਸ਼ੀਨ ਨੂੰ ਧੋਣ ਲੱਗੇ ਅੱਜ ਸਾਰੀ ਨੂੰ। ਆਹ ਡਾਲਾ ਚੱਕ ਕੇ ਪਾਸੇ ਰੱਖੋ, ਮਿੱਟੀ ਮੁੱਟੀ ਚੱਕੋ, ਕੂੜਾ ਕਾੜਾ ਸਾਰਾ। ਅਤੇ ਮਸ਼ੀਨ ਅੱਜ ਧੋਣ ਲੱਗੇ ਹਾਂ ਪੂਰੀ ਵਧੀਆ ਤਰੀਕੇ ਨਾਲ, ਐਨ ਸਫਾਈ ਕਰਾਂਗੇ ਪੂਰੀ ਮਸ਼ੀਨ ਦੀ। ਅਤੇ ਸਫਾਈ ਕਰਕੇ ਫਿਰ ਉਸ ਤੋਂ ਬਾਅਦ ਕਰ, ਓਏ ਉਹ ਬਕਸੇ ਦੇ ਉੱਤੇ ਪਾਣੀ ਮਤ ਮਾਰਨਾ, ਜਿਸਦੇ ਮੋਟਰ ਚਲਾਉਂਦੇ ਹਾਂ ਉਸਵੇਂ ਪਾਣੀ ਮਤ ਮਾਰਨਾ। ਓਏ ਉਹਦੇ ਉੱਤੋਂ ਸਮਾਨ ਚੱਕ ਕੇ ਨਾ ਪਾਸੇ ਕਰ, ਉੱਧਰ ਰੱਖ ਦਿਓ, ਉੱਥੇ ਰੱਖ ਦੇ ਪਿੰਜਰੇ ਦੇ ਉੱਤੇ, ਉੱਪਰ ਦੇ ਸਮਾਨ ਉਠਾ ਲਾ ਸਾਰਾ। ਬਸ ਆਹ ਮਾਲ ਰਹਿ ਗਿਆ ਥੋੜ੍ਹਾ ਜਿਹਾ ਥੱਲੇ, ਇਹ ਮਾਲ ਚੱਕ ਕੇ ਅੱਜ ਟਰਾਲੀ 'ਚ ਪੈ ਜਾਣਾ ਬਸ, ਅਤੇ ਦਾ ਐਂਡਾ ਕੰਮ ਸਾਰਾ, ਅਤੇ ਫਿਰ ਕੁਛ ਨਹੀਂ ਰਹਿਣਾ ਆਪਣਾ ਥੱਲੇ। ਹਾਂ ਇਹ ਚੱਕਿਆ ਜਾਂਦਾ ਇੱਥੋਂ, ਉਹ ਨਹੀਂ ਝੋਟਾ ਚੱਕ ਹੁੰਦਾ। ਅੱਜ 730 ਬੋਰੀ ਹੈ ਇਹਦੇ ਵਿੱਚ। ਹਾਂਜੀ ਅੱਜ ਬਦਲਣ ਲੱਗੇ ਆਪਾਂ ਟਾਇਰ, ਜੌਂਡੀਅਰ ਦੇ ਪਾ ਦੇਣੇ ਅਲਾਈਂਸ ਦੇ, ਆਹ ਸੋਹਣੇ ਲੱਗਦੇ ਆ, ਉਰੇ ਜੌਂਡੀਅਰ ਦੇ 5310 ਦੇ ਸੋਹਣੇ ਪਾ ਦੇਣੇ ਆ, ਪੂਰੇ ਟਾਇਰ ਸੋਹਣੇ ਲੱਗਣਗੇ ਇਹ। ਆਪਾਂ ਪਾ ਦੇਣੇ ਆ ਮੈਸੀ ਦੇ, ਮੈਸੀ ਵਾਲੇ ਨੇ ਉਹ ਪਾ ਦੇਣੇ ਆ, ਆਹ ਮੈਸੀ ਦੇ ਪਾ ਦੇਣੇ ਆ। ਅਤੇ ਇੱਕ ਆਹ ਟਰੈਕਟਰ ਦੇ ਟਾਇਰ ਬਦਲਣੇ ਆ ਛੋਟੇ ਇੰਟਰ ਦੇ, ਇੱਕ ਉਹ 575 ਜਿਹੜਾ ਆਪਾਂ ਵੇਚਣਾ ਸੀ ਉਹ ਹੁਣ ਵੇਚਣ ਦਾ ਤਾਂ ਕੈਂਸਲ ਕਰਤਾ, ਹੁਣ ਉਹਦੇ ਟਾਇਰ ਬਦਲ ਦੇਣੇ। ਇਹ 3-4 ਟਰੈਕਟਰਾਂ ਦੇ ਟਾਇਰ ਬਦਲੇ ਆ, ਅਤੇ ਆਹ ਦੇ ਨਵੇਂ ਲਿਆਉਂਦੇ, JK ਦੀ ਪਾਉਂਦੇ ਹੁੰਦੇ ਆਪਾਂ ਟਾਇਰ, JK ਦੇ ਪੂਰੇ ਵਧੀਆ ਚੱਲਦੇ ਆ, ਇੱਕ ਤਾਂ ਸਸਤੇ ਆ JK ਜਾਂ ਸੀਏਟ, ਆਹਦੇ ਸੀਏਟ ਦੇ JK ਦੇ ਆ, ਹੁਣ JK ਦੀ ਪਾ ਦੇਣੇ ਆ, ਅਤੇ ਬਸ ਇਹ ਠੀਕ ਆ। ਵਧੀਆ ਲੱਗਣ ਲੱਗ ਗਿਆ 5510 ਟਰੈਕਟਰ ਆਪਣਾ, ਉੱਚੇ ਹੋ ਗਏ ਟਾਇਰ ਹੁਣ ਇਹਦੇ ਮੂਹਰੋਂ। ਲਓ ਜੀ ਜਚਣ ਲੱਗ ਗਿਆ ਟਰੈਕਟਰ ਪੂਰਾ, ਟੋਰੀ ਲੱਗਣ ਲੱਗ ਗਿਆ ਸਾਉਂਡ ਜੀ। ਖੜਾਵਾ ਸੋਹਣਾ ਹੋ ਗਿਆ ਟਰੈਕਟਰ ਦਾ, ਮਗਰਲੇ ਵੀ ਪੈ ਗਏ 16-9-28 ਦੇ, ਮਗਰਲੇ ਵੀ ਆਪਾਂ JK ਦੇ ਪਾਏ ਆ, ਇਹਦੇ ਹਮੇਸ਼ਾ ਆਪਾਂ ਤਾਂ JK ਦੇ ਹੀ ਪਾਉਂਦੇ ਹਾਂ ਟਾਇਰ, ਇੱਕ ਤਾਂ ਸਸਤਾ ਪੈਂਦਾ, ਘਸਣੇ ਤਾਂ ਹੁੰਦੇ ਹੀ ਆ, ਘਸਣੇ ਦੇ ਘੱਸਦੇ ਉਨੇ ਹੀ ਆ, ਜਿੰਨਾ MRF ਤੋਂ ਵੱਧ ਹੀ ਚੱਲਦੇ ਆ, ਰੋਡ 'ਤੇ ਬਾਹਲੀ ਵਧੀਆ ਚਲਾਈ ਆ ਇਹਨਾਂ ਦੀ JK ਦੀ, ਵਾਧੂ ਚੱਲਦੇ ਆ। ਅਤੇ ਇੱਥੇ JK ਦੇ ਪਾਤੇ, ਮੂਹਰੇ ਅਲਾਈਂਸ ਦੇ ਪੈ ਗਏ, ਸੋਹਣਾ ਟਾਇਰ ਦੇਖੋ, ਟਾਇਰ ਸੋਹਣਾ ਨਾ, ਸੋਹਣਾ ਲੱਗਦਾ ਟਾਇਰ। ਅਤੇ ਇੱਕ ਇਹਦੇ 575 ਦੇ ਪੈਣ ਲੱਗੇ ਹੋਏ ਆ, ਇਹਦੇ ਵੀ JK ਸੋਹਣਾ ਹੀ ਆ, ਉਹ ਉਹਦੇ ਪਾਤੇ ਛੋਟੇ ਦੇ, ਆਹ ਆਪਣੇ ਉਹ ਫਾਰਮ ਟਰੈਕ ਦੇ ਪਾਤੇ ਜਿਹੜੇ ਦਾ ਆਪਾਂ ਹਿੱਸਾ ਨਵਾਂ ਲੈ ਕੇ ਆਏ ਹਾਂ, ਜਿਹਨੂੰ ਪਾਵਰ ਸਟੇਰਿੰਗ ਕਰਨਾ, ਉਹਦੇ ਵੀ ਆਹ ਲੰਬੀ ਗੁੱਡੀ ਦੇ ਪਾਤੇ,
ਸੋਹਣਾ ਬਣ ਗਿਆ ਨਾ ਟਾਇਰ, ਹੁਣ ਜਦੋਂ ਉਹਦੇ ਲਾਵਾਂਗੇ ਠੀਕ ਆ, ਹਿੱਸਾ ਫਿੱਟ ਹੋਣ ਲੱਗਿਆ ਹੋਇਆ ਵਾ ਇਹ ਉਹਦੇ ਲਾ ਦਾਂਗੇ। ਅਤੇ ਇਹਦੇ ਵੀ ਪਾ ਤੇ ਨਵੇਂ ਟਾਇਰ ਮਗਰਲੇ 12/4/28 ਦੇ, ਇਹਦੇ ਮੂਹਰੇ ਪਾ ਦੇਣੇ ਆਪਾਂ ਮੈਸੀ ਵਾਲੇ ਲਾ ਕੇ ਪਾ ਦੇਣਾ ਮੂਹਰੇ, ਮੈਸੀ ਦੇ ਪਾ ਦੇਣੇ ਉਹ ਲੰਬੀ ਗੁੱਡੀ ਵਾਲੇ ਲਿਆ, ਉਹਦੇ 4 ਸੈੱਟ ਨਵਾਂ ਪਾ ਦੇਣਾ ਉਹ 575 ਦੇ। ਲੈ ਵੀ ਮੇਰੇ ਵੀਰੋ ਕਹਿੰਦੇ ਕੀ ਪਾ ਤੇ, ਟਾਇਰ ਪਾ ਤੇ ਮੇਰੇ ਵੀਰੋ ਟਾਇਰ। ਅਤੇ ਇੱਧਰ ਅਖੀਰਲੀਆਂ ਟਰਾਲੀਆਂ ਲੋਡ ਹੋ ਰਹੀਆਂ ਨੇ, ਹੋ ਗਿਆ ਮਾਲ ਸਾਰਾ ਲੋਡ ਕਰਾਉਂਦਾ। ਅਤੇ ਮਸ਼ੀਨ ਨੂੰ ਲੱਗੇ ਪਏ ਆ ਧੋਣ, ਮਸ਼ੀਨ ਵੀ ਧੋਣੀ ਆ ਨਾਲ ਫਰਸ਼ ਵੀ ਧੋਣਾ ਹੈ, ਪੂਰਾ ਸਮਾਰ ਕੇ ਥੱਲੇ ਤੱਕ। ਅਤੇ ਆਪਾਂ ਆਹ ਮੈਸੀ ਦੇ ਲਾ ਕੇ ਉਹ ਐਂਟਰ ਨੂੰ ਪਾ ਦੇਣੇ ਆ, ਅਤੇ ਮੈਸੀ ਦੇ ਉਹ ਪਾਉਂਦੇ ਹਾਂ ਲੰਬੀ ਗੁੱਡੀ ਵਾਲੇ, ਸੋਹਣੇ ਲੱਗਣਗੇ ਇਹਦੇ ਪਾਏ ਹੋਏ ਮੈਸੀ ਦੇ ਉਹ ਲੰਬੀ ਜਿਹੀ ਗੁੱਡੀ ਵਾਲੇ, ਹੈ ਨਾ, ਇਹ ਲਾ ਕੇ ਉਹਨੂੰ ਪਾ ਦਿੰਦੇ ਹਾਂ ਉਹ ਐਂਟਰ ਨੂੰ। ਇੰਨੀ ਕੁ ਭੰਨ ਤੋੜ ਜਿਹੀ ਕਰ ਦਿੰਦੇ ਹਾਂ, ਸੋਹਣਾ ਲੱਗਣ ਲੱਗ ਜਾਂਦਾ, ਉਹਨੇ ਕੁ ਨਾਲ ਜਚਣ ਲੱਗ ਜਾਣਾ ਇਹਨੇ ਹੋਰ ਟਰੈਕਟਰ ਨੇ। ਲਓ ਜੀ ਮੈਸੀ ਦੇ ਵੀ ਬਦਲਤੇ ਟਾਇਰ, ਲੰਬੀ ਗੁੱਡੀ ਵਾਲੇ ਪਾ ਦੇ ਟਾਇਰ ਮੂਹਰੇ। ਅਤੇ ਇਹਦੇ ਵੀਰੇ ਉਹਨਾਂ ਨੂੰ ਵੇਚਦੇ ਤੇ 1000 ਰੁਪਇਆ ਕੱਟਿਆ ਵੀਰੇ ਉਹਨਾਂ ਨੇ ਇਹਦੇ ਟਾਇਰਾਂ ਦਾ, ਅਤੇ ਉਹਦੇ ਵੀ ਨਵੇਂ ਸਾਰੇ 4 ਸੈੱਟ ਨਵਾਂ ਹੋ ਗਿਆ, ਉੱਧਰ ਵੀ ਨਵਾਂ ਹੋ ਗਿਆ, 3 ਰੇਟਰਾਂ ਦੇ ਸੈੱਟ ਨਵਾਂ ਹੋ ਗਿਆ, ਅਤੇ ਮੈਸੀ ਦੇ ਇਕੱਲੇ ਮੂਹਰਲੇ ਨਵੇਂ ਪਾਏ ਆਪਾਂ। ਮੂਹਰਲੇ ਵੀ ਬਸ ਸਿੱਧੀ ਗੁੱਡੀ ਵਾਲੇ ਪਾਏ ਆ, ਜਿਹੜਾ ਅੱਜ ਕੱਲ੍ਹ ਰਿਵਾਜ਼ ਜਿਹਾ ਚੱਲਦਾ ਉਹੋ ਜਿਹੇ ਪਾ ਦੇ ਬਸ ਵੀਰੇ। ਉਹਨੇ ਟਾਇਰ ਨਾਲ ਹੀ ਲੈ ਕੇ ਆਉਂਦੇ ਆ, ਨਾਲ ਹੀ ਸਾਰਾ ਕੁਝ ਫਿੱਟ ਫੁੱਟ ਕਰਕੇ ਦਿੰਦੇ ਆ, ਸਮੈਲ ਗੱਲਾਂ ਤੋਂ ਆਉਂਦੇ ਆ। ਇਹ ਸਾਰਾ ਕੁਝ ਵੀਰੇ ਹੁਣੀ ਨਾਲ ਹੀ ਲੈ ਕੇ ਆਉਂਦੇ ਆ ਆਪਦੀ ਗੱਡੀ 'ਚ, ਟੈਂਪੂ ਦੇ ਵਿੱਚ ਟਾਇਰ ਟਿਊਬਾਂ ਸਭ ਕੁਝ ਨਾਲ, ਜੋ ਕੁਛ ਪਾਉਣਾ ਪਵਾ ਲਓ। ਫੋਟੋਆਂ ਭੇਜ ਦਿਓ ਇਹਨਾਂ ਨੂੰ, ਫੋਟੋਆਂ ਭੇਜ ਕੇ ਵੀਰੇ ਹੁਣੀ ਟਾਇਰ ਦਾ ਰੇਟ ਲਾ ਦਿੰਦੇ ਆ, ਅਤੇ ਆਪਦਾ ਸਮਾਨ ਲੈ ਆਉਂਦੇ, ਤੁਹਾਨੂੰ ਵਾਧਾ ਘਾਟਾ ਜੋ ਆ ਉਹ ਰੱਖ ਦਿੰਦੇ ਵੀਰੇ। ਉਹਨਾਂ ਨੇ ਪੁਰਾਣੇ ਟਾਇਰਾਂ ਦਾ ਰੇਟ ਬਹੁਤ ਸੋਹਣਾ ਦਿੱਤਾ, ਹੁਣ ਆਪਣੇ ਜੌਂਡੀਅਰ ਦੇ ਜਿਹੜੇ ਸੀਗੇ, ਜੌਂਡੀਅਰ ਦੇ ਉਹ ਸੀਗੇ JK ਦੇ ਨਾ, ਆਹ ਪਿਆ ਵਾ 16 ਦਾ ਟਾਇਰ, ਅਤੇ ਇੱਕ ਆਹ ਪਿਆ ਜੌਂਡੀਅਰ ਦਾ। ਆਪਾਂ ਇਹਨਾਂ ਨੂੰ ਜੌਂਡੀਅਰ ਦੇ ਆਪਣੇ ਇਹਨਾਂ ਨੇ 25,000 ਰੁਪਏ 'ਚ ਕੱਟਿਆ 4 ਟਾਇਰ, 25,000 'ਚ ਆਪਣੇ ਕੱਟਿਆ, ਅਤੇ ਬਾਕੀ ਵਿੱਚ ਪੈ ਗਿਆ ਜਿੰਨਾ 37,000 ਰੁਪਇਆ ਵਿੱਚ ਪਿਆ ਹੈ ਨਾ, ਅਤੇ ਉਹ ਆ ਉਹ ਐਂਟਰ ਦੇ ਕੱਟਿਆ ਇਹਨਾਂ ਨੇ 15,000 25,000 ਵਿੱਚ ਪਿਆ। ਨਹੀਂ ਵੀਰੇ ਹੋ ਗਏ ਸਾਰੇ ਬਸ, ਅਤੇ ਪਿੱਧਰੋਂ ਅੰਦਰੋਂ ਵੀ ਟਾਇਰ ਲਿਆ ਦੇਣੇ ਸੀ 13 ਦੇ, ਹੋਰ ਅੰਦਰ ਹੀ ਆ, ਹਾਂ ਉਹ ਵੀ ਵੀਰੇ ਉਹਨਾਂ ਨੂੰ ਦੇ ਦੇਣਾ। ਮੈਸੀ ਦੇ ਸੋਹਣੇ ਲੱਗਣ ਲੱਗ ਗਏ ਮੂਹਰਲੇ ਟਾਇਰ, ਜਚਣ ਲੱਗ ਗਿਆ ਮੈਸੀ ਉਹਨੇ ਕੁ ਨਾਲ। ਲਓ ਜੀ ਟਾਇਰਾਂ ਦਾ ਕੰਮ ਨਿਬੜ ਗਿਆ, ਪੈ ਗਏ ਸਾਰੇ ਟਰੈਕਟਰਾਂ ਦੇ ਟਾਇਰ, 3 ਟਰੈਕਟਰਾਂ ਦੇ ਪੈ ਗਏ ਟਾਇਰ, 3 ਦੇ ਸੈੱਟ ਪੈ ਗਏ ਮੈਸੀ ਅਤੇ ਜਿਹਦੇ ਆਪਾਂ ਹਿੱਸਾ ਲਵਾਉਂਦੇ ਹਾਂ ਉਹਦੇ ਪਾ ਤੇ 2 ਟਾਇਰ, ਅਤੇ ਆਲੂ ਵੀ ਸਾਰਾ ਲੋਡ ਹੋ ਗਿਆ ਟਰਾਲੀਆਂ ਦੇ ਵਿੱਚ, ਅਤੇ ਹੁਣ ਬਸ ਫਰਸ਼ ਧੋਣ ਲੱਗੇ ਹੋਏ ਆ ਬੰਦੇ ਆਪਾਂ।
ਦੇ ਥੱਲੇ ਨਾ, ਆਲੂਆਂ ਦੇ ਥੱਲੇ ਪਾਣੀ ਨਾ ਵਾੜੀ, ਉਦੋਂ ਇੱਧਰ 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 ਨੂੰ ਕਹੋ ਉੱਥੇ ਵੱਟ ਜੀ ਬਣਾ ਦੇ ਮਾੜੀ ਜੀ ਨਾਲ, ਆਹ ਮਸ਼ੀਨ ਦੇ ਥੱਲਿਓਂ ਸਮਾਰ ਕੇ ਗਾਰਾ ਕਢਵਾ ਦੇ, ਇੱਕ ਵੱਡੇ ਹੋਣੇ ਆਹ ਫਰਸ਼ ਸਾਫ਼ ਨਿਕਲਿਆ ਹੋਣਾ, ਸਮਾਰ ਕੇ ਪ੍ਰੈਸ਼ਰ ਮਰਵਾ ਦੇ ਬੰਦੇ ਲਾ ਕੇ।